ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਟੀਵੀ ਦੇਖਣ ਵਾਲੀ ਸਾਰੀ ਯੂਕੇ ਅਤੇ ਯੂਰਪ ਅਤੇ ਸਮੁੱਚੀ ਸਿੱਖ ਸੰਗਤ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਭਲੋ ਭਲੋ ਰੇ ਕੀਰਤਨੀਆਂ ਦੇ ਵਿੱਚ। ਜੀ ਹਾਂ, ਗੁਰੂ ਮਹਾਰਾਜ ਜੀ ਦੀਆਂ ਬੜੀਆਂ ਵਿਸ਼ੇਸ਼ ਦਾਤਾਂ ਨੇ, ਪਰ ਇਹਨਾਂ ਸਾਰਾ ਦਾਤਾਂ ਦੇ ਵਿੱਚੋਂ ਇੱਕ ਬੜੀ ਹੀ ਅਹਿਮ ਦਾਤ ਹੈ, ਉਹ ਹੈ ਕੀਰਤਨ ਦੀ ਦਾਤ। ਅਤੇ ਉਹ ਗੁਰੂ ਮਹਾਰਾਜ ਉਹਨਾਂ ਨੂੰ ਹੀ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਉੱਪਰ ਗੁਰੂ ਮਹਾਰਾਜ ਜੀ ਦੀ ਆਪ ਵਿਸ਼ੇਸ਼ ਕਿਰਪਾ ਹੋਵੇ। ਅਤੇ ਜੀ ਹਾਂ, ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਉਹਨਾਂ ਗੁਰੂ ਘਰ ਦੇ ਕੀਰਤਨੀਆਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਹੜੇ ਗੁਰੂ ਮਹਾਰਾਜ ਜੀ ਦੀ ਇਸ ਦਾਤ ਨੂੰ ਪ੍ਰਾਪਤ ਕਰਕੇ ਸੰਗਤਾਂ ਦੇ ਵਿੱਚ ਕੀਰਤਨ ਦੀ ਦਾਤ ਨੂੰ ਵੰਡਦੇ ਹਾਂ। ਅਤੇ ਜੀ ਹਾਂ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ, ਇੱਕ ਅਜਿਹੇ ਕੀਰਤਨੀਏ ਮੌਜੂਦ ਨੇ ਜੋ ਆਪਣੀ ਰਸ ਭਿੰਨੀ ਆਵਾਜ਼ ਦੁਆਰਾ ਸਭ ਸੰਗਤਾਂ ਨੂੰ ਕੀਰਤਨ ਦੀ ਦਾਤ ਵੰਡਦੇ ਹਨ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਜੋ ਕਿ ਸ਼ਹੀਦਗੰਜ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰੀ ਰਾਗੀ ਜਥੇ ਵਜੋਂ ਸੇਵਾ ਨਿਭਾ ਰਹੇ ਨੇ, ਅਤੇ ਅੱਜ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਅਤੇ ਜਾਣਦੇ ਹਾਂ ਉਹਨਾਂ ਦੇ ਇਸ ਕੀਰਤਨੀ ਕਿੱਤੇ ਦੇ ਬਾਰੇ ਦੇ ਵਿੱਚ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ, ਸਾਡੇ ਸਟੂਡੀਓ ਦੇ ਵਿੱਚ ਆਉਣ 'ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਵੇਂ ਕਿ ਮੈਂ ਜ਼ਿਕਰ ਕਰਕੇ ਹਟਿਆ ਕਿ ਇਹ ਇੱਕ ਬੜੀ ਹੀ ਵਡਮੁੱਲੀ ਦੇਣ ਹੈ, ਗੁਰੂ ਮਹਾਰਾਜ ਜੀ ਦੀ ਬੜੀ ਹੀ ਅਪਾਰ ਬਖਸ਼ਿਸ਼ ਕਿਰਪਾ ਹੋਵੇ ਤਾਂ ਫਿਰ ਕੀਰਤਨ ਦੀ ਦਾਤ ਜਿਹੜੀ ਹੈ ਇਹ ਪ੍ਰਾਪਤ ਹੁੰਦੀ ਹੈ। ਕੀਰਤਨ ਦੀ ਦਾਤ ਬਾਰੇ ਅਸੀਂ ਤੁਹਾਡੇ ਤੋਂ ਜ਼ਰੂਰ ਪੁੱਛਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਆਪ ਜੀ ਦੇ ਬਚਪਨ ਦੇ ਬਾਰੇ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਬਚਪਨ ਸੀਗਾ ਆਪ ਜੀ ਦਾ। ਸ਼ਰਾਰਤੀ ਸੀਗਾ, ਨਟਖਟ ਸੀਗਾ, ਜਾਂ ਸ਼ੁਰੂ ਤੋਂ ਹੀ ਗੁਰੂ ਮਹਾਰਾਜ ਜੀ ਦੇ ਲੜ ਲੱਗਣ ਦੀ ਧੁੰਨ ਜਿਹੜੀ ਸੀਗੀ ਉਹ ਸਵਾਰ ਸੀਗੀ, ਕੀ ਕਹਿਣਾ ਚਾਹੋਗੇ? ਹਾਂਜੀ, ਜਿਸ ਤਰ੍ਹਾਂ ਆਪ ਜੀ ਨੇ ਮੇਰੇ ਕੋਲ ਸਵਾਲ ਪੁੱਛਿਆ, ਸ਼ੁਰੂਆਤ ਵਿੱਚ ਸਾਡੇ ਘਰ ਦੇ ਵਿੱਚ ਸ਼ੁਰੂ ਤੋਂ ਹੀ ਗੁਰਬਾਣੀ ਵਾਲਾ ਮਾਹੌਲ ਜੋ ਸਾਡੇ ਪਿਤਾ ਜੀ ਨੇ ਉਲੀਕਿਆ ਹੋਇਆ ਸੀਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸਾਡੇ ਘਰ ਦੇ ਵਿੱਚ ਹੀ ਸੁਸ਼ੋਭਿਤ ਸੀਗਾ। ਅਤੇ ਕੀਰਤਨ ਦੀ ਜੋ ਸ਼ੁਰੂਆਤ ਹੈ ਜਾਂ ਗੁਰਮਤਿ ਦੀ ਸ਼ੁਰੂਆਤ ਹੈ ਉਹ ਸਾਨੂੰ ਆਪਣੇ ਪਿਤਾ ਜੀ ਤੋਂ ਹੀ ਪ੍ਰਾਪਤ ਹੋਈ ਨੇ। ਅਤੇ ਸਵੇਰੇ ਸ਼ਾਮ ਉਹਨਾਂ ਨੇ ਸਾਨੂੰ ਗੁਰੂ ਮਹਾਰਾਜ ਦੀ ਗੋਦ ਵਿੱਚ ਬਿਠਾ ਕੇ ਉਹ ਸ਼ੌਂਕ ਵੱਲੋਂ ਕੀਰਤਨ ਕਰਦੇ ਸੀਗੇ ਅਤੇ ਸਾਨੂੰ ਉਹਨਾਂ ਦੇ ਨਾਲ ਬੈਠਣ ਦਾ ਸਮਾਂ ਮਿਲਦਾ ਸੀਗਾ। ਪ੍ਰੋਫੈਸ਼ਨਲ ਤੌਰ 'ਤੇ ਉਹ ਹੋਰ ਕਿੱਤਾ ਕਰਦੇ ਸੀਗੇ, ਪਰ ਜਦੋਂ ਉਹਨਾਂ ਨੇ ਸਵੇਰੇ ਸ਼ਾਮ ਦਾ ਸਮਾਂ ਹੋਣਾ ਸਕੂਲ ਜਾਣ ਤੋਂ ਪਹਿਲਾਂ ਜਾਂ ਸ਼ਾਮ ਨੂੰ, ਉਹਨਾਂ ਨੇ ਸਾਨੂੰ ਆਪਣੇ ਨਾਲ ਬਹਾ ਕੇ ਗੁਰਬਾਣੀ ਕੀਰਤਨ ਕਰਨਾ ਅਤੇ ਸਾਨੂੰ ਨਾਲ ਬਿਠਾ ਕੇ ਜਾਂ ਕਹਿਣਾ ਤਬਲਾ ਵਜਾਓ ਜਾਂ ਵੈਸੇ ਬੈਠ ਜਾਣਾ, ਅਤੇ ਉਹਦੇ ਨਾਲ ਸਾਨੂੰ ਗੁਰਬਾਣੀ ਦੀ ਜਿਹੜੀ ਦਾਤ ਹੈ, ਗੁਰਮਤਿ ਦਾ ਮਾਹੌਲ ਹੈ ਘਰ ਦੇ ਵਿੱਚੋਂ ਹੀ ਸਾਨੂੰ ਸਭ ਤੋਂ ਪਹਿਲਾਂ ਮਿਲ ਗਿਆ ਸੀਗਾ। ਅਤੇ ਪਿਤਾ ਜੀ ਇਹੋ ਹੀ ਕਹਿ ਸਕਦੇ ਹਾਂ ਵੀ ਸਾਡਾ ਬਚਪਨ ਜਿਹੜਾ ਹੈ ਬੜਾ ਧਾਰਮਿਕ ਸੰਸਕਾਰਾਂ ਦੇ ਨਾਲ ਪੂਰਾ ਬਤੀਤ ਹੋਇਆ ਹੈ, ਉੱਥੋਂ ਹੀ ਸਾਨੂੰ ਇਹ ਗੁੜਤੀ ਮਿਲੀ ਹੈ। ਕਿਤੇ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀਰਤਨ ਦਰਬਾਰ ਹੋਣਾ ਅਤੇ ਉਹਨਾਂ ਨੇ ਸਾਨੂੰ ਆਪਣੇ ਨਾਲ ਲੈ ਕੇ ਜਾਣਾ ਅਤੇ ਲੰਮਾ ਸਮਾਂ ਉੱਥੇ ਬਹਿ ਕੇ ਕੀਰਤਨ ਸਰਵਣ ਕਰਨਾ, ਸੇਵਾ ਕਰਨੀ, ਜਿਸ ਤਰ੍ਹਾਂ ਸ਼ਨੀਵਾਰ ਐਤਵਾਰ ਆ ਜਾਣਾ ਅਤੇ ਉਦੋਂ ਵੀ ਉਹਨਾਂ ਨੇ ਸਾਨੂੰ ਸ਼ਹੀਦਾਂ ਦਰਬਾਰ ਸਾਹਿਬ ਲੈ ਕੇ ਜਾਣਾ, ਉੱਥੇ ਸੇਵਾ ਕਰਨੀ, ਕੀਰਤਨ ਸੁਣਨਾ। ਸਾਨੂੰ ਜਿਹੜੀ ਵੀ ਗੁਰਬਾਣੀ ਦੀ ਵਡਮੁੱਲੀ ਦਾਤ ਮਿਲੀ ਹੈ, ਮੈਂ ਇਹ ਕਹਿ ਸਕਦਾ ਹਾਂ ਵੀ ਸਾਨੂੰ ਆਪਣੇ ਪਿਤਾ ਜੀ ਤੋਂ ਹੀ ਮਿਲੀ ਹੈ। ਜੀ ਬਿਲਕੁਲ ਜੀ, ਜਿਵੇਂ ਕਿ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਇਹਨਾਂ ਨੂੰ ਕੀਰਤਨ ਦੀ ਦਾਤ ਹੈ ਇਹਨਾਂ ਨੂੰ ਪਰਿਵਾਰ ਤੋਂ ਹੀ ਮਿਲੀ ਹੈ, ਔਰ ਵਾਕਈ ਇਹ ਗੱਲ ਮੰਨਣ ਦੇ ਵਿੱਚ ਵੀ ਆਉਂਦੀ ਹੈ ਕਿ ਵਿੱਦਿਅਕ ਅਦਾਰੇ ਤੋਂ ਪਹਿਲਾਂ ਇਨਸਾਨ ਦੀ ਪਹਿਲੀ ਪਾਠਸ਼ਾਲਾ, ਪਹਿਲਾ ਵਿੱਦਿਅਕ ਅਦਾਰਾ ਉਹਦਾ ਘਰ ਹੁੰਦਾ ਹੈ। ਵਿੱਦਿਅਕ ਅਦਾਰੇ ਤੋਂ ਕੀਤੀ ਹੋਈ ਸਿੱਖਿਆ ਪ੍ਰਾਪਤ ਭਲੇ ਹੀ ਇਨਸਾਨ ਭੁੱਲ ਜਾਵੇ, ਪਰ ਜਿਹੜੀ ਘਰ ਦੇ ਵਿੱਚੋਂ ਮਿਲੀ ਸਿੱਖਿਆ ਹੁੰਦੀ ਹੈ, ਚਾਹੇ ਉਹ ਚੰਗੀ ਹੋਵੇ ਚਾਹੇ ਉਹ ਬੁਰੀ ਹੋਵੇ, ਉਹ ਤਮਾਂ ਉਮਰ ਇਨਸਾਨ ਦੇ ਨਾਲ ਚੱਲਦੀ ਹੈ। ਭਾਈ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਵੀ ਘਰ ਤੋਂ ਆਪ ਜੀ ਨੂੰ ਕੀਰਤਨ ਦੀ ਜਿਹੜੀ ਦਾਤ ਹੈ ਇਹ ਪ੍ਰਾਪਤ ਹੋਈ। ਹਾਂਜੀ, ਇੱਕ ਵੈਸੇ ਹੀ ਸਹਿਜੇ ਹੀ ਅਸੀਂ ਗੱਲ ਕਰ ਲਈ ਹੈ, ਹਰ ਕਿਸੇ ਦੀ ਕੋਈ ਨਾ ਕੋਈ ਇੰਸਪੀਰੇਸ਼ਨ ਹੁੰਦੀ ਹੈ, ਹਰ ਇਨਸਾਨ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੁੰਦਾ ਅਤੇ ਉਹਦੇ ਕਿੱਤੇ ਦੇ ਵਿੱਚ ਕਿਤੇ ਨਾ ਕਿਤੇ ਉਸ ਸ਼ਖਸ ਦਾ, ਉਸ ਜਿਸ ਤੋਂ ਉਹ ਪ੍ਰਭਾਵਿਤ ਹੁੰਦਾ ਉਹਦੀ ਥੋੜ੍ਹੀ ਝਲਕ ਜਿਹੜੀ ਹੈ ਉਹ ਜ਼ਰੂਰ ਹੁੰਦੀ ਹੈ। ਮੈਂ ਪੁੱਛਣਾ ਚਾਹਾਂਗਾ ਕਿ ਆਪ ਜੀ ਬਚਪਨ ਦੇ ਵਿੱਚ ਕਿਸੇ ਤੋਂ ਪ੍ਰਭਾਵਿਤ ਹੋਏ ਅਤੇ ਇਸ ਲਾਈਨ 'ਚ ਲੱਗੇ? ਹਾਂਜੀ, ਜਿਸ ਮੈਂ ਸ਼ੁਰੂਆਤ ਵਿੱਚ ਜਿਸ ਤਰ੍ਹਾਂ ਤੁਹਾਨੂੰ ਦੱਸ ਚੁੱਕਾ ਵਾਂ ਵੀ
पिता जी के नाल जो कीर्तन दरबारों के जाना तो वो समा सीगा आप कह लो भी 99-98 उस दरम्यान साढ़े सिख पंथ के एक महान विद्वान रागी सीगे भाई साहब भाई नारायण सिंह जवद्दी गला वाले जी तो उन्होंने इतने कीर्तन पर आना हर जगह पर तकरीबन हर जगह पर उन्होंने कीर्तन प्रोग्राम होंगे सी अमृतसर के तो भाई हरजीत सिंह जी बिट्टू उन्होंने नाल तबले से सेवा करते होंगे सी तो उन्होंने जो असं कीर्तन करते सरवण करना तो सानू बड़ा आनंद आना तो साढ़े मन के चा पैदा होना भी असं भी कितने कीर्तन करांगे स्टेजा पर बह के तो उन्होंने सरवण कर करके साढ़े मन के चा पिया तो उतों ही असी कीर्तन की मतलब मेहनत करनी ज़्यादा शुरू की तो फिर साढ़े मन के आया भी असं भी कितने व्डे रागी बनांगे ज टोटल मिला के जे आप कही तो मैं अपना जो भी आइडियल उन्होंने मानता भाई नारायण सिंह जवद्दी कला वाले जी बहुत वधिया जी भाई साहब जी जिमें कि आप जी ने दसिया कि बचपन के पिता जी उन्होंने नाल आप जी शहीदगंज गुरद्वारे आया करते सो उ हाजरी भरया करते सो सेवा करया करते सो उ कदे ये सोचा सीगा कि उस तो बाद उ गुरु महाराज के चरणों के एक दिन बतौर हजूरी जथा हाजरी भरन का समा मिलेगा ये सारा सबब किमें बनया साढ़े दर्शक जानना चाहेंगे हाँ जी वीर जी जिस तरह मैं तुम दस रहा भी इन्ना ज़्यादा लगाव हो गया सी भी शुरुआत में ही बचपन के असी ना पढ़ाई वाल साडा ध्यान ज़्यादा घट रहा सीगा ते इतों तक भी जे स्कूल दे वेच भी कोई समा मिलना ना बैठ के तो उत्थे आसा जी वार दा पाठ याद कर लेना जां गुरबाणी दे शब्द याद कर लेने भी शाम नूं जाके साडे घर दे लागे एक गुरद्वारा साहिब गुरद्वारा तूत साहिब गुरु अर्जन पातशाह जी का वो इतिहासिक स्थान सीगा ते उत्थे जाके शाम नूं कीर्तन करना हुंदा सीगा ते इस करके शब्द याद करते रहना इस तरह कर करके साढ़े मन के शौक होना पे सोमवार दे सोमवार असी शहीदा साहब हाजरी भरिया करते सी ते साढ़े मन के उत्थे भी चाह होना भी असी इत्थे जाके आ शब्द पढ़ने सारा हफ्ता उहदी मेहनत करते रहना ते फिर उत्थे जाके साढ़े मन के चाह भी होना भी इस जगह के उत्ते लगन वास्ते इस जगह के हजूरी रागे बनने वास्ते किन्नी मशक्कत करनी पेगी तो ये शुरू तो ही साढ़े मन के चा रहा सीगा भी चलो गुरु साहब कृपा करन ते असी इस स्थान पर बह के सतगुरु जी कृपा करन आप ही साढ़े को कीर्तन की हाजिरी भरवाया करते सी फिर ज्यों ज्यों समा बीतता गया थोड़ा जा उम्र वड्डी होई तो पढ़ाई जदों असी खत्म की प्लस टू करके मैं फ्री होया तो इस लाइन में प्रोफेसनल लाइन बनाने की कोशिश की तो सतगुरु जी ने आप ही कृपा की मेरे वड्डे वीर जिन्हां नाल मैं काफ़ी लंबा समा साइड वाजे ते सेवा निभाउंदा रहा भाई साहब भाई दविंदर सिंह जी हजूर रागी श्री दरबार साहब उन्हां नाल ही मैनू इस लाइन में प्रेरित करके मैनू आप खुद बतौर जथेदार रागी बनाने वास्ते सोचा तो बाद विच मेरे सतगुरु जी ने कृपा की मैं लंबा समा गुरद्वारा नौवीं पातशाही बाबा बकाला साहब विखे तकरीबन 6-7 साल उत्थे सेवा निभाई उस तो बाद चलो मैं एक दो जाणियां नूं कोशिश की अप्रोच की भी सानूं शौक सीगा भी असीं अपने घर दे विच क्योंकि अमृतसर दे वसनीक सीगे रोज़ आना जाना पैंदा सीगा परिवार सारा साडा इत्थे सीगा फिर सतगुरु जी ने कृपा की साडी असीं बदली तो इत्थों दी लिख के दित्ती सी भी अमृतसर दरबार साहब दी हो जावे ते सतगुरु जी ने अजे होर सेवा लैणी सीगी तो बदली साड़ी बाबा बकाला साहब तो तरन तारण साहब दरबार साहब हो गए तकरीबन 1.25 साल सानू उत्थे सेवा करन दा समा मिलिया फिर उस तो बाद सतगुरु जी ने कृपा की ते फिर अमृतसर साहब साड़ी बदली हुई दरबार साहब उत्थे फिर मैनेजर साहब जी ने साड़े आर्डर बतौर शहीदा साहब गुरद्वारे पा दिते तो हुण उत्थे सेवा करदे पए हां ते अपने आप नूं बड़े बड़े भागे समझदे हां कि सतगुरु जी ने उत्थे सेवा करन दा मौका मिलिया कितने बचपन के असी सुपने लिया करते कि बाबा जी के स्थान पर असी भी हजूरी रागी बनांगे तो हुण सच्ची गल तो मनो भी सतगुरु जी को होर कुछ मंगन दिल नहीं करता कि सतगुरु जी ने सारिया दातां झोली दे विच पा दित्तियां बहुत वधिया भाई साहब इस दुनियावी झमेलिया की जेकर गल करिए तो इंसान लोचदा कि उसके कोल गड्डियां होन बहुत वड्डे वड्डे बंगले होन पैसा होवे तां दौलतां होन शोहरत होवे पर अज आप जी के मुखारबिंद तो यह सुनने को मिल रहा है कि एक गुरु घर के एक सेवा मिल गई तो शायद हुण मंगण की कोई इच्छा नहीं ये किदां संभव हो जाता है
जिस तरह कि मैं तुहानू पहला भी दस चुका भी मेरा जेड़ा सब तो ज़्यादा प्यार है कह लो कि भाई साहब जी दे नाल भाई दविंदर सिंह होना जी दे नाल है ते उन्हां दे नाल रह के वो एक मैं तुहानू दसना चाहुंदा भी वो एक परमात्मा दे नाल अभेद हुई रूह है ते सतगुरु जी की उन्हां ते बड़ी अपार कृपा है ते जदों मैं उन्हां दे नाल रहिंदा सीगा ते जे कितें लम्मा समा असीं कीर्तन करन वास्ते सफ़र करन वास्ते भी जाणा ते उन्हां ने ज़्यादा गुरबाणी पढ़दे रहना उन्हां दे नाल रह रह के मैनू ये शौक पै गया ते कुछ मतलब मस्कीन जी की कथा सुनते रहना उतों ये पता लगा कि ये जिहड़ा संसारी झमेले है मुकने नहीं है ते सतगुरु जी ने जिहड़ी उम्र बख्शी है ये बड़ी वडमोली है ते जे कीर्तन की दात बख्शती है ते सतगुरु जी सब कुछ ये आप ही बख्श देंगे ते मैं महसूस करता पाया भी जदों मैं जदों दे असी इस लाइन दे विच पए ने ते दुनियावी पक्षों भी जी जिथों असी शुरू होए सी अज असी सतगुरु जी की बड़ी अपार कृपा हुई है बिना मंगिया सतगुरु जी ने समय समय नाल सब कुछ दे दिता है ते मैं समझदा हाँ भी सतगुरु जी ने आप ही कृपा की है महापुरखों की संगत करके जां गुरसिखा की संगत करके ये मैनू अजे तक महसूस होया है कि सतगुरु जी आप ही कृपा करके अपना नाम जपाउंदे ने ते जेड़ा गुरु का कीर्तनिया सतगुरु जी की गुरबाणी नू अपने हिरदे विच वसा के गुरबाणी गाउण दा यतन करता है सतगुरु जी आप कृपा करके उस दीआं सारीआं लोड़ां पूरीआं करदे। बहुत वधिया जी जिवें कि भाई साहब उन्होंने दसा कि शौक तो बड़े तरह के होंगे ने हर इंसान के अपने अपने शौक ने कई दुनियावी शौक ने कई अध्यात्मिकता लैके शौक ने पर जेकर नाम कुमारी नानका चढ़ी रही दिन रात वाली गल नाम कुमारी नानका चढ़ी रही दिन रात वाली धुन साढ़े हिरदे के वस जाए तो मैं समझदा उस तो वही कोई गल नहीं हो रही भाई साहब इस ही गल न कहना चाह रहे हैं। भाई साहब परिवार की गल हुई है तुसी परिवार का जिक्र किया है अपने इस जवाब के असी जानना चाहवांगे थोड़े परिवार के बारे के कितना को परिवार है थोड़ा किन्ने मैंबर ने कौन कौन ने। हाँ जी मेरे परिवार के जी सब तो पहला मेरे दादा जी ने दादी जी ने फिर मेरे पिता जी मेरे माता जी तो मेरे वड्डे ब्रदर है जी वो मेरे नाल ही तबले की सेवा करते हैं असी दो ही भरा वा ते दोवें भरा सतगुरु अच्छा इत्थे एक गल कहनी पवेगी जी कि शुरुआत विच जदों मैं इस कीर्तन की जिहड़ी दात सी ना तकरीबन जदों असी 15-16 साल की उम्र मेरे ते आई ते मैं अपने मतलब ठीक कीर्तन असी कर लैंदे सी अपने ते पर असी कदी इह नहीं सी सोचिया भी इस लाइन दे विच प्रोफेशनल लाइन नूं अपनावांगे ते फिर की होया भी जदों मेरे वड्डे ब्रदर ने मैनू बहुत ज़्यादा एपीशिएट किया भी नहीं आपां कीर्तन की लाइन ही अगे बधाउणा है आपां इस शौक वालों बोरा शौक सीगा पर लगता सी वा भी पढ़ाई लिखाई करके किसी होर लाइन के अगे जाइए तो कीर्तन नू शौक वालों ही कीर्तन की लाइन रखिए पर वड्डे ब्रदर की जिद दा करके घरदिआं ने मैनू समझाया कि नहीं तुसीं इस लाइन के अगे चलो गां पढ़ाइया के खर्चे भी बहुत ज़्यादा ने तो जे बंदा चाहे तो इन्नी महंगी पढ़ाई करके सक्सैस होना बड़ा मुश्किल हो गया कॉम्पीटिशन का जमाना है वो फिर ब्रदर के नाल कोऑपरेट करन दा करके इस लाइन के आए तो वह मेरे वड्डे ब्रदर ने तो उन्होंने करके यानी कि काफ़ी उन्हों का भी योगदान है मैनू प्रोफेशनल इस लाइन के पाने तो हूँ मेरी मैरिज हुई है थोड़ा कि समा आया तो मेरा एक बेटा है तो मेरे वड्डे ब्रदर का भी एक बेटा है जी हाँ जी तो बहुत सोहना परिवार है सतगुरु जी की कृपा न जी बिल्कुल जी सो भाई साहब जी जवा जाति सवाल मैं आप जी नाल करना चाहवागा अमूमन तौर पर देखा जाता है कि जे कोई डॉक्टर है तो वह अपने बच्चों को डॉक्टर बनाना चाहता है जे कोई इंजीनियर है तो अपने बच्चों को इंजीनियर बनाना चाहता है जे कोई बिजनेसमैन है तो वह चाहता है कि वो बच्चे व्डे हो करके वो बिजनेस के हथ वटा आप जी की की इच्छा है कि आप जी के घर गुरु महाराज जी ने एक चंगी की दात बख्शिश की है कि आने वाले समय में मद्देनज़र रखते हुए तुसी चाहोगे कि थोड़ा बच्चा भी इस लाइन दे विच आवे। जी बिल्कुल जी मैं मेरा बहुत ज़्यादा शौक है कि जो अचीवमेंट मैं हजे तक नहीं अचीव कर पाया जां जेड़े ट्रैक ते मैं अपने आप नूं वेखना चाहुंदा सी हजे तक जे मैं नहीं पहुँच पाया तो मैं चाहुंदा वां कि मैं अपने बच्चे नूं अपने पुत्र नूं अगे इस लाइन दे विच पावां
ਅਤੇ ਉਹਨੂੰ ਇਹ ਸਾਰੀਆਂ ਪ੍ਰਾਪਤੀਆਂ ਕਰੇ ਅਤੇ ਮੈਨੂੰ ਬੜੀ ਖੁਸ਼ੀ ਹੋਵੇਗੀ। ਪਰ ਇਸ ਦੇ ਨਾਲ ਨਾਲ ਮੈਂ ਇਹ ਵੀ ਵੇਖਾਂਗਾ ਵੀ ਸ਼ੁਰੂਆਤ ਵਿੱਚ ਵੀ ਉਹਨੂੰ ਗੁਰਮਤਿ ਦੇ ਸੰਸਕਾਰ ਜਿਸ ਤਰ੍ਹਾਂ ਸਾਨੂੰ ਆਪਣੇ ਪਿਤਾ ਜੀ ਤੋਂ ਮਿਲੇ, ਅਸੀਂ ਪੂਰੀ ਕੋਸ਼ਿਸ਼ ਕਰਦੇ ਪਏ ਸਾਡੇ ਘਰ ਦੇ ਵਿੱਚ ਉਹਨਾਂ ਨੂੰ ਹੁਣ ਤੋਂ ਹੀ ਇਹ ਮੋਲ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਸਵੇਰੇ ਜਦੋਂ ਉੱਠਦੇ ਨੇ ਤਾਂ ਕੋਸ਼ਿਸ਼ ਕਰੀਦੀ ਵੀ ਉਹਨਾਂ ਨੂੰ ਗੁਰਬਾਣੀ ਸੁਣਾਈਦੀ ਹੈ, ਉਹਨਾਂ ਨੂੰ ਗੋਦ ਵਿੱਚ ਬਾਠ ਕੇ ਆਪ ਕੀਰਤਨ ਕਰੀਦਾ ਹੈ ਜਾਂ ਗੁਰਬਾਣੀ ਦਾ ਪਾਠ ਕਰੀਦਾ ਹੈ। ਪਰ ਜਦੋਂ ਵੱਡੇ ਹੋ ਕੇ ਜੇ ਮੈਂ ਚਾਹੁੰਦਾ ਹਾਂ ਵੀ ਜੇ ਉਹ ਇਸ ਲਾਈਨ ਦੇ ਵਿੱਚ ਨਹੀਂ ਵੀ ਆ ਪਾਉਣ, ਜੇ ਉਹਨਾਂ ਦਾ ਸ਼ੌਂਕ ਨਹੀਂ ਹੋਵੇਗਾ, ਤਾਂ ਮੈਂ ਉਹਨਾਂ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਾਂਗਾ। ਪਰ ਮੈਂ ਇਹ ਜ਼ਰੂਰ ਕਰਾਂਗਾ ਵੀ ਉਹ ਗੁਰੂ ਘਰ ਦੇ ਨਾਲ ਜੁੜੇ ਰਹਿਣ, ਚਾਹੇ ਪ੍ਰੋਫੈਸ਼ਨਲ ਹੋਰ ਕਿਸੇ ਲਾਈਨ 'ਚ ਵੀ ਉਹ ਚਲੇ ਜਾਣ, ਪਰ ਕੀਰਤਨ ਦੀ ਦਾਤ ਜਿਸ ਤਰ੍ਹਾਂ ਸਾਨੂੰ ਸਾਡੇ ਪਿਤਾ ਜੀ ਨੇ ਦਿੱਤੀ, ਮੈਂ ਚਾਹਾਂਗਾ ਵੀ ਉਹਨਾਂ ਕੋਲ ਵੀ ਰੱਖੇ। ਬਹੁਤ ਵਧੀਆ ਜੀ। ਵਾਕਈ ਅਗਰ ਇਸੇ ਤਰ੍ਹਾਂ ਦੀ ਸੋਚ ਹਰ ਇੱਕ ਪੇਰੈਂਟਸ, ਹਰ ਇੱਕ ਪਰਿਵਾਰ, ਹਰ ਇੱਕ ਮਾਤਾ ਪਿਤਾ ਰੱਖ ਲਏ ਤਾਂ ਸਾਡੇ ਬੱਚੇ ਜਿਹੜੇ ਅੱਜ ਮਰਿਆਦਾ ਤੋਂ ਉਲਟ ਜਾ ਕਰਕੇ ਉਲੰਘਣਾ ਕਰ ਰਹੇ ਨੇ ਸਿੱਖੀ, ਸਿੱਖਿਅਤ, ਗੁਰੂ ਅਤੇ ਗੁਰਬਾਣੀ ਦੀ, ਤਾਂ ਸ਼ਾਇਦ ਉਹ ਉਲੰਘਣਾ ਕਦੇ ਵੀ ਨਾ ਹੋਵੇ। ਭਾਈ ਸਾਹਿਬ, ਗੱਲ ਚੱਲ ਰਹੀ ਹੈ ਮਰਿਆਦਾ ਦੇ ਉਲਟ ਜਾਣ ਦੀ, ਉਲੰਘਣਾ ਦੀ। ਅੱਜ ਸਾਡੀ ਨੌਜਵਾਨ ਪੀੜ੍ਹੀ ਕਈ ਐਸੇ ਤੱਤ ਨੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕਰਕੇ ਦੂਸਰੇ ਰਾਹ ਵੱਲ ਚੱਲ ਗਈ ਹੈ। ਸਿੱਧੇ ਤੌਰ 'ਤੇ ਕਹਿ ਲਈਏ ਤਾਂ ਉਹ ਮਰਿਆਦਾ ਦੇ ਉਲਟ ਚਲੇ ਗਏ ਨੇ, ਪਤਿਤ ਪੁਣੇ ਵੱਲ ਚਲੇ ਗਏ ਨੇ। ਇਹਦਾ ਕੀ ਵੱਡਾ ਕਾਰਨ ਸਮਝਦੇ ਹੋ ਤੁਸੀਂ? ਭਾਈ ਸਾਹਿਬ ਜੀ, ਮੈਂ ਇਹਦਾ ਸਭ ਤੋਂ ਵੱਡਾ ਕਾਰਨ ਇਹੋ ਹੀ ਸਮਝਦਾ ਵਾਂ ਵੀ ਕਿਤੇ ਨਾ ਕਿਤੇ ਕਮੀ ਸਾਡੇ ਮਾਂ ਪਿਓ ਕੋਲ ਕਿਤੇ ਨਾ ਕਿਤੇ ਆਪ ਰਹਿ ਗਈ। ਜਦੋਂ ਇੱਕ ਮਾਂ ਸਵੇਰੇ ਉੱਠ ਕੇ ਪ੍ਰਸ਼ਾਦਾ ਤਿਆਰ ਕਰਨ ਵੇਲੇ ਨੰਗੇ ਸਿਰ ਪ੍ਰਸ਼ਾਦਾ ਤਿਆਰ ਕਰੇਗੀ ਅਤੇ ਗੁਰਬਾਣੀ ਉਹਦੇ ਮੂੰਹ ਦੇ ਉੱਤੇ ਨਾ ਹੋਵੇਗੀ ਅਤੇ ਤਰ੍ਹਾਂ ਤਰ੍ਹਾਂ ਦੇ ਟੀ ਵੀ ਉੱਤੇ ਸੀਰੀਅਲ ਵੇਖੇਗੀ ਅਤੇ ਉਸ ਨੂੰ ਆਪਣੇ ਜ਼ਿਹਨ ਦੇ ਵਿੱਚ ਬਿਠਾ ਕੇ ਪ੍ਰਸ਼ਾਦਾ ਤਿਆਰ ਕਰੇਗੀ ਅਤੇ ਉਹਦਾ ਅਸਰ ਸਾਡੇ ਬੱਚੇ ਦੇ ਉੱਤੇ ਕਿੰਨਾ ਕੁ ਜ਼ਿਆਦਾ ਹੋਵੇਗਾ ਅਸੀਂ ਆਪ ਹੀ ਸਮਝ ਸਕਦੇ ਹਾਂ ਜੀ। ਦੂਸਰਾ ਵੱਡਾ, ਸਭ ਤੋਂ ਵੱਡਾ ਕਾਰਨ ਇਹ ਹੈ ਵੀ ਅੱਜ ਸਾਡੇ ਉੱਤੇ ਸਮੇਂ ਨੂੰ ਵੇਖ ਕੇ ਮਾਇਆ ਦਾ ਇੰਨਾ ਜ਼ਿਆਦਾ ਪ੍ਰਭਾਵ ਪੈ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੈਟਲ ਹੋ ਜਾਣ, ਫੋਰਨ ਦੇ ਵਿੱਚ ਜਾ ਕੇ ਚਲੇ ਜਾਣ, ਭਾਵੇਂ ਉਹ ਕਿਸੇ ਵੀ ਤਰ੍ਹਾਂ। ਅਸੀਂ ਅੱਜ ਆਮ ਕਹਿੰਦੇ ਵੇਖੀਦਾ ਵੀ ਸਾਡੇ ਬੱਚੇ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਜੀ, ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ, ਅਤੇ ਜਦੋਂ ਵੇਖੀਦਾ ਹੈ ਵੀ ਉਸਨੇ ਦਾੜੀ ਕੱਟੀ ਹੈ ਅਤੇ ਅਸੀਂ ਕਹਿਦੇ ਉਹ ਤਾਂ ਅੱਜ ਕੱਲ੍ਹ ਰਿਵਾਜ਼ ਹੋ ਗਿਆ ਜੀ। ਕੋਈ ਗੱਲ, ਉਹ ਸਭ ਤੋਂ ਵੱਡਾ ਕਾਰਨ ਹੀ ਸਾਡਾ ਇਹ ਬਣ ਗਿਆ ਹੈ ਵੀ ਕਿਤੇ ਨਾ ਕਿਤੇ ਅਸੀਂ ਆਪ ਅਵੇਸਲੇ ਹੋ ਕੇ ਬਹਿ ਗਏ ਹਾਂ, ਅਸੀਂ ਆਪਣੇ ਬੱਚਿਆਂ ਨੂੰ ਸਟਿੱਕ ਨਹੀਂ ਕਰ ਪਾਏ, ਅਸੀਂ ਗੁਰਮਤਿ ਦੀ ਗੁੜਤੀ ਆਪ ਨਹੀਂ ਦੇ ਪਾਏ। ਜਦੋਂ ਇੱਕ ਮਾਂ, ਇੱਕ ਪਿਤਾ ਆਪਣੀ ਗੋਦ ਦੇ ਵਿੱਚ ਵਾ ਕੇ ਬੱਚੇ ਨੂੰ ਸ਼ੁਰੂਆਤ ਤੋਂ ਹੀ ਸਵੇਰੇ ਸ਼ਾਮ ਦਾ ਉਹਦਾ ਨੇਮ ਬਣਾ ਦੇਵੇਗਾ ਨਾ ਵੀ ਭਾਵੇਂ 5 ਮਿੰਟ ਹੀ ਬਹਿ ਕੇ ਵਾਹਿਗੁਰੂ ਸਿਮਰਨ ਕਰਨਾ ਹੈ, ਜੇ ਉਹ ਇਸ ਪਰੰਪਰਾ ਨੂੰ ਅੱਗੇ ਵੀ ਚਾਲੂ ਰੱਖੇਗਾ ਤਾਂ ਆਟੋਮੈਟਿਕਲੀ ਜਿਹੜੀ ਗੁਰਮਤਿ ਦੀ ਗੁੜਤੀ ਹੈ ਸਾਡੇ ਬੱਚੇ ਦੇ ਵਿੱਚ ਆਵੇਗੀ, ਇੱਕ ਪੋਜ਼ੀਟਿਵ ਵਿਊ ਸਾਡੇ ਬੱਚੇ ਦੇ ਵਿੱਚ ਆਵੇਗੀ। ਅਤੇ ਜੇ ਅਸੀਂ ਆਪ ਹੀ ਕਿਤੇ ਨਾ ਕਿਤੇ ਵੇਸਲੇ ਹੋ ਕੇ ਬਹਿ ਗਏ, ਅਸੀਂ ਆਪ ਹੀ ਨਿਤਨੇਮ ਨਹੀਂ ਕਰਨਾ, ਅਸੀਂ ਆਪ ਹੀ ਗੁਰਬਾਣੀ ਨਹੀਂ ਪੜ੍ਹਨੀ, ਤਾਂ ਫਿਰ ਸਾਡੇ ਬੱਚੇ ਦੇ ਉੱਤੇ ਕਿੱਡਾ ਅਸਰ ਹੋ ਜਾਵੇ। ਮੈਂ ਸਮਝਦਾ ਕਿਤੇ ਨਾ ਕਿਤੇ ਕਮੀ ਸਾਡੇ ਕੋਲ ਆਪ ਹੀ ਰਹੇ ਜੀ। ਬਿਲਕੁਲ ਠੀਕ ਹੈ ਭਾਈ ਸਾਹਿਬ ਜੀ। ਭਾਈ ਸਾਹਿਬ ਜੀ, ਦੁਬਾਰਾ ਆਪਣੇ ਟਰੈਕ ਦੇ ਉੱਪਰ ਆਉਂਦੇ ਹਾਂ ਅਸੀਂ, ਕੀਰਤਨ ਦੇ ਟਰੈਕ ਦੇ ਉੱਪਰ। ਆਪ ਜੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਨਿਭਾਉਂਦੇ ਹਨ, ਇੱਕ ਐਸਾ ਦਰਬਾਰ ਜਿੱਥੇ ਕਈਆਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ, ਕਈਆਂ ਦੀਆਂ ਸੁੱਖਣਾ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ। ਉਸ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਜਦੋਂ ਤੁਸੀਂ ਹਾਜ਼ਰੀ ਭਰਦੇ ਹੋ ਤਾਂ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਭਾਵ ਉੱਠਦੇ ਨੇ, ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਇਹ ਵੀਰ ਜੀ, ਜਿਸਰੋਂ ਮੈਂ ਮੰਨ ਲਓ ਵੀ ਅਸੀਂ ਬੈਠ ਕੇ ਉੱਥੇ ਕੀਰਤਨ ਕਰਦੇ ਹਾਂ ਅਤੇ ਕਿਸੇ ਵੇਲੇ ਵੇਖੀਦਾ ਆ ਵੀ ਚਲੋ ਸਾਡੇ ਸਿੱਖ ਲੋਕ ਤਾਂ ਉੱਥੇ ਆ ਕੇ ਬਾਬਾ ਜੀ ਦੇ ਅੱਗੇ ਹਾਜ਼ਰੀ ਭਰਦੇ ਨੇ, ਉਹਨਾਂ ਕੋਲ ਮੰਗਾਂ ਮੰਗਦੇ ਨੇ। ਜਦੋਂ ਦੂਸਰੇ ਧਰਮਾਂ ਦੇ ਲੋਕ ਆ ਕੇ, ਬਾਬਾ ਦੀਪ ਸਿੰਘ ਜੀ ਦਾ ਇੱਕ ਸਥਾਨ ਇਸ ਤਰ੍ਹਾਂ ਦਾ ਸਥਾਨ ਹੈ ਵੀ ਕੋਈ ਵੀ ਹਿੰਦੂ ਵੀਰ, ਮੈਨੂੰ ਨਹੀਂ ਲੱਗਦਾ ਅੰਮ੍ਰਿਤਸਰ ਸ਼ਹਿਰ ਦਾ ਜਾਂ ਪੰਜਾਬ ਦਾ ਕੋਈ ਵੀ ਇਸ ਤਰ੍ਹਾਂ ਦਾ ਵੀਰ ਨਹੀਂ ਹੈਗਾ ਜਿਹੜਾ ਉੱਥੇ ਜਾ ਕੇ ਨਤਮਸਤਕ ਨਹੀਂ ਹੁੰਦਾ। ਅਤੇ ਜਦੋਂ ਉਹਨਾਂ ਨੂੰ ਉੱਥੇ ਝੋਲੀਆਂ ਭਰਦੇ ਵੇਖੀਦਾ ਹੈ ਅਤੇ ਫਿਰ ਸਾਡੇ ਮਨ ਦੇ ਵਿੱਚ ਵਿਚਾਰ ਆਉਂਦਾ ਵੀ ਜੇ ਸਤਿਗੁਰੂ ਜੀ ਤੁਸੀਂ ਇਹਨਾਂ 'ਤੇ ਕਿਰਪਾ ਕਰਦੇ ਪਏ ਜੋ ਅਤੇ ਅਸੀਂ ਤੁਹਾਡੀ ਗੋਦ ਦੇ ਵਿੱਚ ਬੈਠ ਕੇ ਕੀਰਤਨ ਕਰਦੇ ਹਾਂ ਅਤੇ ਸਾਨੂੰ ਤੁਸੀਂ ਕਿੰਨਾ, ਅਸੀਂ ਕਿੱਡੇ ਵੱਡੇ ਭਾਗਾਂ ਵਾਲੇ ਵੀ ਤੁਸੀਂ ਸਾਨੂੰ ਉੱਥੇ ਬੈਠ ਕੇ ਕੀਰਤਨ ਕਰਨ ਦਾ ਸਮਾਂ ਪ੍ਰਾਪਤ ਦਿੱਤਾ ਹੈ।
इस करके असी अपने आप नूं बड़े वडभागे समझते हाँ कि सतगुरु जी ने सानूं उत्थे बैठ के कीर्तन करन दा मौका दिता। भाई साहब जी, गुरु घर की गल करिए, जिवें तुसीं दस्सिया कि उत्थे कई ऐसे शरधालु, कई ऐसियां संगतां आंदियां ने जिन्हां दी झोलियां भरदियां ने और वह नतमस्तक हुंदियां ने और गुरु महाराज तो आशीष आशीर्वाद प्राप्त करके जांदियां ने। हाँ, गुरु घर की गल करिए रोजाना किन्नी क संगत जिहड़ी है शहीदगंज गुरुद्वारे आके नतमस्तक हुंदी है? वेखो जी, जे रूटीन दे विच आपां वेख्या जावे तो मेरे हिसाब दे नाल जिस ऐतवार नूं छड के अगों पिछों वेख्या जावे तो हजारां दे हिसाब नाल संगत आउंदी, ते जे ऐतवार वेख्या जावे उत्थे बाबा जी दा चुपहरा हुंदा है सवेरे, जिस तरह जपजी साहब जी दे पाठ, चौपाई साहब जी दे पाठ, फिर सुखमनी साहब जी दे पाठ, उस दिन लखां दे हिसाब नाल गिनती पहुँच जाती है जी। बिल्कुल ठीक है। ते बाबा जी दे स्थान दे उत्ते पैर रखने वास्ते भी जगह नहीं होंदी, तुसीं किते उत्थे जा के वेखना, ऐतवार दे दिन पैर रखने वास्ते भी उत्थे जगह नहीं जी। भाई साहब जी, जेकर गल करिए कीर्तन दी तां एक अच्छा और वधिया और रसिया कीर्तनिया बनन दे लई की गुण होने जरूरी ने? भाजी, सब तो पहला तो साढ़े चंगा कीर्तनिया बनने वास्ते सब तो पहला उसनों गुरबाणी की संथिया जरूर लैनी चाहिए जी, उन्हों गुर इतिहास तो जाणू होना चाहिए, क्योंकि जे गुरबाणी की संथिया होगी गुर इतिहास नाल जाणू होगा फिर वो एक रागी नहीं बनेगा, वो एक कीर्तनिया बनेगा। वाह। तो एक चंगा कीर्तनिया बनने वास्ते जिथे चंगे उस्ताद की लोड़ है, चंगी तलीम की लोड़ है, उत्थे उसनू सेवा ते सिमरन दे दो पंख लैने बहुत जरूरी बनते हैं। जे गुरु के कीर्तनी दे सेवा ते सिमरन अमृत वेला जरूर होवेगा फिर उहदी रसना दे विचों जो भी गुरबाणी का शब्द निकलेगा सुनने वाले ते उसका प्रभाव जरूर पड़ेगा, ते जदों सुनने वाले ते उसका प्रभाव पवेगा फिर गुरु की कला अपने आप वरतदी है। इस करके मैं समझदा हाँ कि जे चंगा कीर्तनिया बनना है जिथे चंगी तलीम चाहिदी है उत्थे गुरु दे कीर्तनियां दा अपना सेवा सिमरन होना बहुत ज़्यादा जरूरी है। बिल्कुल जी। भाई साहब जी, समय अपनी रफ्तार दे नाल वध रहा, समय सानू इजाज़त नहीं दे रहा कि आप जी दे नाल असी कीर्तन दियां होर गल्लां जिहड़ियां ने उह सांझी करिए, पर फिर भी मैं चाहांगा जांदे जांदे जिहड़े साडी टीवी दे उपर इस शो नूं देख रहियां संगतां ने उहनां दे लई तुसीं दो शब्द की कहना चाहोगे? मैं सब तो पहला तो तुहाडे चैनल का आप जी का बहुत ज़्यादा धन्यवाद करना चाहता है जिन्होंने मैं ये समा बख्शिया, इतने तुहाडे सब संगतां दी आके दर्शन करन दा समा बख्शिया है। दूसरा, मैं सब संगतां नूं यही ही अपील करना चाहता हाँ जिथे गुरबाणी दे नाल सब संगतां जुड़दियां ने उत्थे कोशिश करिया करिए भी असी खास नामां दे नाल ना जुड़ के गुरबाणी का आनंद प्राप्त करिए, भावें कोई भी रसना तो गुरबाणी का कीर्तन उच्चारण कर रहे गुरु का रागी सिंह या गुरु का ग्रंथी सिंह होवे, ते जिथे जिथे भी मेरे वीर ये मेरी इंटरव्यू देख रहे होण वो अपने गुरु घर दे विच जा के जिहड़े उत्थे रहण वाले रागी सिंह या ग्रंथी सिंह ने कोशिश करिया करिए उन्हां दे नाल तालमेल वधिया बनाईए, ते उन्हां दी भी सेवा करिए, ते उन्हां दे नाल इस तरह का तालमेल बनाईए कि असी उन्हां तो कोई ना कोई सिक्ख्या लै सकीए। सो इन्नी गल कह के मैं आप जी तो खिमा दा जा चुका जी। बहुत वधिया जी। जिवें कि भाई साहब उन्होंने दसिया कि जिहड़ी एक कीर्तन की दात है ये सानू घर तो ही शुरू कर देनी चाहिए है, और खास करके भाई साहब उन्होंने एक गल दे उपर जोर दिता है कि जिहड़े साडे पेरेंट्स ने, माता पिता ने, वड वडेरे ने, इन्हां नू चाहिए है कि पहल करनी और अपने बच्चों गुरु दे लड़ लगाना, कीर्तन दे लड़ लगाना, तां ही असी अपनी सिक्खी अते सिक्ख्यता दी पूरी संभाल कर सकांगे। सो इत्थे ही असी इजाजत लेने। भाई साहब जी, तुसी साडे इस शो दे विच आए, अपना कीमती समा कढ़िया, थोड़ा बहुत बहुत धन्नवाद जी। सो आप जी नूं ये प्रोग्राम भलो भलो रे कीर्तनिया किस तरह का लग्या सानू दसना बिल्कुल ना भुलना। सो अगले शो दे विच किसे होर महान गुरु दे कीर्तनिया दे नाल थानू रूबरू करवावांगे। तद तक दे लई आओ सारे जाने करिए रसना नूं पवित्र, अपने अपने मुखारबिंद तो उचारिए वाहिगुरु जी का खालसा वाहिगुरु जी की फतेह।
बलो बलो रे कीर्तनिया, बलो बलो रे कीर्तनिया।